ਇਹ ਤਸਵੀਰਾਂ ਜੋ ਤੁਸੀਂ ਇਸ ਵਕਤ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ, ਇਹ ਅੰਮ੍ਰਿਤਸਰ ਦੀਆਂ ਨੇ। ਇਲਾਕਾ ਹੈਗਾ ਦਬੁਰਜੀ। ਇਹ ਜਿਹੜਾ ਦਬੁਰਜੀ ਪਿੰਡ ਆ, ਇਹ ਜਦੋਂ ਆਪਾਂ ਹਾਈਵੇ ਦੇ ਉੱਪਰ ਜਲੰਧਰ ਵੱਲੋਂ ਅੰਮ੍ਰਿਤਸਰ ਨੂੰ ਜਾਈਏ ਤਾਂ ਗੋਲਡਨ ਗੇਟ ਤੋਂ ਪਹਿਲਾਂ ਹੀ ਇਹ ਜਿਹੜਾ ਪਿੰਡ ਆ ਦਬੁਰਜੀ, ਜਿਹੜਾ ਲਗਭਗ ਹੁਣ ਸ਼ਹਿਰ ਦਾ ਇਲਾਕਾ ਬਣ ਚੁੱਕਾ, ਉੱਥੋਂ ਦੀਆਂ ਨੇ। ਇੱਕ NRI ਜਿਹਦਾ ਨਾਂ ਸੁਖਚੈਨ ਸਿੰਘ ਆ, ਉਹ ਅਮੈਰੀਕਾ ਕਈ ਸਾਲ ਲਾਉਣ ਤੋਂ ਬਾਅਦ ਜਦੋਂ ਵਾਪਸ ਆਪਣੇ ਪਿੰਡ ਦਬੁਰਜੀ ਆਉਂਦਾ ਤਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਆ ਕੇ ਉਹ ਇੱਕ ਹੋਟਲ ਖਰੀਦ ਲੈਂਦਾ, ਕਿਉਂਕਿ ਅਮਰੀਕਾ ਦੇ ਵਿੱਚ ਇਸ ਸ਼ਖਸ ਨੇ ਸਖਤ ਮਿਹਨਤ ਕੀਤੀ ਹੁੰਦੀ ਆ ਤਾਂ ਚਾਰ ਪੈਸੇ ਇਹਦੇ ਕੋਲ ਜੁੜੇ ਹੁੰਦੇ ਆ। ਹੋਟਲ ਖਰੀਦ ਲੈਂਦਾ ਤਾਂ ਇੱਕ ਮਹਿੰਗੀ ਗੱਡੀ ਜਿਹੜੀ ਆ ਉਹ ਵੀ ਖਰੀਦ ਲੈਂਦਾ। ਇਸੇ ਦੌਰਾਨ ਕੁਝ ਜਿਹੜੇ ਗੈਂਗਸਟਰ ਆ ਜਾਂ ਜਿਹੜੇ ਸ਼ਰਾਰਤੀ ਅਨਸਰ ਆ, ਉਹ ਇਹਨੂੰ ਤੰਗ ਕਰਨ ਲੱਗ ਪੈਂਦੇ ਆ ਵੀ ਸਾਨੂੰ ਫਰੌਤੀ ਦੇ। ਇਹ ਸ਼ਖਸ ਜਿਹਨੇ ਮਿਹਨਤ ਦੇ ਨਾਲ ਕਮਾਈ ਕੀਤੀ ਹੁੰਦੀ ਆ, ਇਹ ਉਹਨਾਂ ਨੂੰ ਕਹਿੰਦਾ ਵੀ ਭਾਈ ਮੈਂ ਤੁਹਾਨੂੰ ਕਾਹਦਾ ਪੈਸਾ ਦੇ ਦੇਵਾਂ, ਵੀ ਇਹ ਮੇਰੀ ਹੱਕ ਹਲਾਲ ਦੀ ਕਮਾਈ ਆ, ਇਹ ਮੈਂ ਮਿਹਨਤ ਦੇ ਨਾਲ ਪੈਸੇ ਕਮਾਏ ਹੋਏ ਆ। ਬਸ ਇਸੇ ਦੇ ਚੱਲਦਿਆਂ ਅੱਜ ਤੜਕਸਾਰ ਇਹਦੇ ਘਰ ਦੇ ਵਿੱਚ ਦੋ ਜਿਹੜੇ ਮੁੰਡੇ ਆ ਬਾਈਕ ਦੇ ਉੱਤੇ ਆਉਂਦੇ ਆ। ਇਹਦੇ ਘਰ ਦੇ ਵਿੱਚ ਲੌਬੀ 'ਚ ਆ ਕੇ ਤਾਂ ਕਹਿੰਦੇ ਆ ਵੀ ਤੂੰ ਕਮਰੇ 'ਚ ਚੱਲ ਜਾਂ ਸਾਨੂੰ ਗੱਡੀ ਦੀ RC ਦੇ। ਉਹ ਕਹਿੰਦਾ ਵੀ ਜੇ ਤੁਹਾਨੂੰ RC ਮੈਂ ਨਾ ਦੇਵਾਂ ਤਾਂ ਤੁਸੀਂ ਕੀ ਕਰ ਲਓਗੇ? ਉਹ ਕਹਿੰਦੇ ਫਿਰ ਤੈਨੂੰ ਇਹ ਗੋਲੀਆਂ ਮਾਰ ਦਿਆਂਗੇ। ਤਾਂ ਅੱਗੋਂ ਬੰਦਾ ਅੱਕਿਆ ਸੱਤਿਆ ਹੁੰਦਾ ਤਾਂ ਕਹਿੰਦਾ ਫਿਰ ਤੁਸੀਂ ਮੈਨੂੰ ਗੋਲੀਆਂ ਹੀ ਮਾਰ ਦਿਓ, ਉਹ ਜ਼ਿਆਦਾ ਬਿਹਤਰ ਆ। ਅਤੇ ਇੱਥੇ ਫਿਰ ਫਾਇਰਿੰਗ ਹੁੰਦੀ ਆ। ਇਸ ਵਕਤ ਸੁਖਚੈਨ ਸਿੰਘ ਜਿਹੜਾ ਵਾ ਇਹ ਜ਼ੇਰੇ ਇਲਾਜ ਆ, ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ। ਔਰ ਤੁਸੀਂ ਆਲਮ ਦੇਖ ਲਓ, ਇੱਕ ਪਾਸੇ ਸਰਕਾਰ ਇਹ ਗੱਲ ਆਖ ਰਹੀ ਆ ਕਿ ਰਿਵਰਸ ਮਾਈਗ੍ਰੇਸ਼ਨ ਕਰਨੀ ਆ ਜੀ, ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਉਹ ਪੰਜਾਬ ਦੇ ਵਿੱਚ ਵਾਪਸ ਆਉਣ, ਆਪਣੇ ਪਿੰਡਾਂ ਨੂੰ ਆਪਣੇ ਘਰਾਂ ਨੂੰ ਵਾਪਸ ਆਉਣ ਅਤੇ ਇੱਥੇ ਇਨਵੈਸਟ ਕਰਨ। ਔਰ ਇਸੇ ਦੇ ਚੱਲਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਅੱਜ ਕੱਲ੍ਹ ਮਹਾਰਾਸ਼ਟਰਾ ਪਹੁੰਚੇ ਹੋਏ ਆ। ਮਹਾਰਾਸ਼ਟਰਾ ਦੇ ਵਿੱਚ ਵੱਡੇ ਉਦਯੋਗਪਤੀਆਂ ਦੇ ਨਾਲ ਉਹ ਮੀਟਿੰਗ ਕਰ ਰਹੇ ਆ ਵੀ ਤੁਸੀਂ ਪੂੰਜੀ ਨਿਵੇਸ਼ ਕਰੋ ਪੰਜਾਬ ਦੇ ਵਿੱਚ। ਅਤੇ ਇਹਦੇ ਨਾਲ ਹੀ ਜਿਹੜੇ ਸਾਡੇ ਸੜਕੀ ਪ੍ਰੋਜੈਕਟ ਆ, ਜਿਹੜੇ ਕੇਂਦਰ ਵੱਲੋਂ ਬਣਾਏ ਜਾਣੇ ਆ, ਜਿਹੜਾ ਇੱਕ ਰੋਡ ਜਿਹਨੂੰ ਭਾਰਤਮਾਲਾ ਦਾ ਨਾਂ ਦਿੱਤਾ ਜਾ ਰਿਹਾ, ਜਿਹੜਾ ਪੂਰੇ ਅੰਮ੍ਰਿਤਸਰ ਤੋਂ ਚੱਲ ਕੇ ਅਤੇ ਗੁਜਰਾਤ ਤੱਕ ਜਾਣਾ, ਉਹਦੇ 8-9 ਟੁਕੜੇ ਜਿਹੜੇ ਆ ਉਹ ਰੱਦ ਹੋਣ ਨੂੰ ਫਿਰਦੇ ਪਏ ਆ। ਉਹਦਾ ਕਾਰਨ ਵੀ ਇਹੀ ਹੈ ਕਿ ਠੇਕੇਦਾਰ ਜਿਹੜੇ ਉਹਨਾਂ ਸੜਕਾਂ ਦੇ ਉੱਤੇ ਕੰਮ ਕਰਦੇ ਆ ਜਿਨ੍ਹਾਂ ਦੀਆਂ ਵੱਡੀਆਂ ਮਸ਼ੀਨਾਂ ਲੱਗੀਆਂ, ਉਹ ਕਹਿੰਦੇ ਵੀ ਅਸੀਂ ਤੰਗ ਬਹੁਤ ਹੋ ਜਾਂਦੇ ਹਾਂ, ਸਾਨੂੰ ਲੋਕ ਗੈਂਗਸਟਰ ਫਰੌਤੀਆਂ ਮੰਗਣ ਵਾਲੇ ਤੰਗ ਬਹੁਤ ਕਰਦੇ ਆ। ਅਤੇ ਇਹਦੀ ਜ਼ਿੰਦਾ ਜਾਗਦਾ ਮਿਸਾਲ ਜਿਹੜੀ ਆ ਉਹ ਅੱਜ ਅੰਮ੍ਰਿਤਸਰ ਦੀ ਘਟਨਾ। ਛੋਟੇ ਛੋਟੇ ਬੱਚੇ ਆ ਉਸ ਘਰ ਦੇ ਵਿੱਚ, ਚਾਹ ਦਾ ਟਾਈਮ ਆ, ਸਵੇਰ ਦਾ ਟਾਈਮ ਆ, ਅਤੇ ਇਹ ਜਿਹੜੇ ਗੈਂਗਸਟਰ ਅੰਦਰ ਆਉਂਦੇ ਆ ਜਿਨ੍ਹਾਂ ਦੇ ਹੱਥ 'ਚ ਪਿਸਤੌਲ ਵੀ ਆ, ਗੋਲੀਆਂ ਵੀ ਚਲਾਉਂਦੇ ਆ, ਉਸ ਘਰ ਦੇ ਵਿੱਚ ਸ਼ਰੇਆਮ ਜਿਹੜਾ ਅਜੇ ਦਿਨ ਚੜ੍ਹਿਆ ਹੀ ਆ ਇਹ ਫਾਇਰਿੰਗ ਕਰ ਦਿੰਦੇ ਆ। ਉੱਧਰ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਉਹਨਾਂ ਦਾ ਕੰਮ ਆ, ਉਹਨਾਂ ਨੇ ਕਰਨਾ, ਅਤੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ। ਪਰ ਸਵਾਲ ਇਹ ਖੜਾ ਹੁੰਦਾ ਵਾ ਵੀ ਜਦੋਂ ਸਰਕਾਰਾਂ ਦੇ ਨੁਮਾਇੰਦੇ, ਚੁਣੇ ਹੋਏ ਨੁਮਾਇੰਦੇ ਇੰਨੀਆਂ ਗੱਲਾਂ ਵਾਰ ਵਾਰ ਆਖਦੇ ਆ ਵੀ ਵਾਪਸ ਪੰਜਾਬ ਨੂੰ ਆਓ, ਵਾਪਸ ਆਓ, ਇੱਥੇ ਇਨਵੈਸਟ ਕਰੋ, ਇੱਥੇ ਤੁਸੀਂ ਕੰਮ ਕਰੋ, ਅਤੇ ਹਾਲਾਤ ਇਸ ਵੇਲੇ ਇਹ ਬਣੇ ਪਏ ਆ ਵੀ ਜੇ ਕੋਈ ਬੰਦਾ ਹੌਸਲਾ ਕਰਕੇ ਵਾਪਸ ਪਿੱਛੇ ਮੁੜ ਹੀ ਆਉਂਦਾ, ਆਪਣੇ ਪੈਸੇ ਇੱਥੇ ਇਨਵੈਸਟ ਕਰਨਾ ਚਾਹੁੰਦਾ, ਤਾਂ ਹਾਲਾਤ ਕੀ ਆ ਤੁਹਾਡੇ ਸਾਹਮਣੇ ਹੀ ਆ। ਉਹਨੇ ਗੱਡੀ ਖਰੀਦ ਲਈ, ਉਸ ਬੰਦੇ ਨੇ ਇੱਕ ਹੋਟਲ ਖਰੀਦ ਲਿਆ, ਅਤੇ ਉਹਦੇ ਕੋਲੋਂ ਜਿਹੜੀ ਆ ਇਹ ਫਰੌਤੀ ਮੰਗਣੀ ਸ਼ੁਰੂ ਕਰ ਦਿੱਤੀ। ਹੁਣ ਇਸ ਮਾਮਲੇ ਦੇ ਵਿੱਚ ਕੋਈ ਇਹਦੀ ਪੁਰਾਣੀ ਰੰਜਿਸ਼ ਆ ਜਾਂ ਕੋਈ ਇਹਨਾਂ ਦੀ ਪਰਿਵਾਰਕ ਲੜਾਈ ਆ, ਇਹਦੇ ਬਾਰੇ ਖੁਲਾਸਾ ਜਿਹੜਾ ਪੁਲਿਸ ਮੁਲਾਜ਼ਮ ਕਰਨਗੇ, ਪੁਲਿਸ ਜਦੋਂ ਆਪਣੀ ਤਫਤੀਸ਼ ਕਰੇਗੀ। ਪਰ ਹੌਸਲੇ ਕਿੱਡੇ ਖੁੱਲ੍ਹ ਚੁੱਕੇ ਆ ਵੀ ਜੇ ਕੋਈ ਬੰਦਾ ਮਾਰਨਾ ਉਹਦਾ ਕੋਈ ਮੁੱਲ ਹੀ ਨਹੀਂ ਆ, ਵੀ ਕੋਈ ਬੰਦੇ ਦੀ ਵੈਲਿਊ ਹੀ ਨਹੀਂ ਰਹਿ ਗਈ ਵੀ ਜਿਹਦਾ ਦਿਲ ਕੀਤਾ ਉਹ ਗੰਡਾਸੀ ਕੱਢਦਾ, ਪਿਸਤੌਲ ਕੱਢਦਾ ਅਤੇ ਬੰਦਾ ਮਾਰ ਦਿੰਦਾ। ਸੋ ਇਹ ਜਿਹੜੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨੇ ਇਹ ਅੰਮ੍ਰਿਤਸਰ ਦੀਆਂ ਨੇ।
ਜਿੱਥੇ ਸੁਖਚੈਨ ਸਿੰਘ ਨਾਮ ਦਾ ਇਹ ਸ਼ਖਸ ਜਿਹਨੂੰ ਗੋਲੀਆਂ ਮਾਰੀਆਂ ਗਈਆਂ ਉਹਦੇ ਘਰ ਦੇ ਵਿੱਚ ਵੜ ਜਾਂਦੇ ਆ ਬੜੀ ਟੌਹਰ ਦੇ ਨਾਲ। ਇਹਨਾਂ ਨੇ ਕੋਈ ਮੂੰਹ ਵੀ ਨਹੀਂ ਢੱਕੇ ਹੋਏ, ਨਹੀਂ ਤਾਂ ਨੋਰਮਲੀ ਕੇਸਿਸ ਦੇ ਵਿੱਚ ਮੂੰਹ ਕਵਰ ਕਰ ਲੈਂਦੇ ਆ, ਮੂੰਹ ਦੇ ਉੱਤੇ ਨਕਾਬ ਪਾ ਲੈਂਦੇ ਆ, ਘਰ ਆਉਂਦੇ ਆ ਉਹਦੇ ਕੋਲ ਗੱਡੀ ਦੀ ਆਰ ਸੀ ਮੰਗਦੇ ਆ, ਜੋ ਉਹਦੇ ਪਰਿਵਾਰ ਦੇ ਮੁਤਾਬਕ ਦੱਸਿਆ ਜਾ ਰਿਹਾ ਵੀ ਆਰ ਸੀ ਮੰਗਦੇ ਆ। ਉਹ ਕਹਿੰਦਾ ਮੈਂ ਦੇਣੀਆਂ ਨਹੀਂ ਆਰ ਸੀ ਤੁਹਾਨੂੰ, ਤੇ ਇਹ ਅੱਗੋਂ ਫਿਰ ਗੋਲੀਆਂ ਚਲਾ ਦਿੰਦੇ ਆ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।